फर्स्ट वे चैनल वेखते हुए सारे ही दर्शकों का स्वागत है। नगर कौंसलर सानेवाल के प्रधान कैप्टन सुजीत सिंह हरा और थाना सानेवाल के मुखी इंस्पैक्टर बलदेव सिंह पंगू वालों रेलो रोड सानेवाल के समूह दुकानदारों के नाल आरती पैलेस विखे मीटिंग की गई। नजायज कब्जे को लेकर दुकानदारों को अपील की उत्थे ही नाल सानेवाल सड़कों से LED लाइटा लगाने का उद्घाटन भी किया गया। इस मौके पर कैप्टन सुजीत सिंह हरा और वख-वख वार्डां के कौंसलर भी मौजूद रहे। साडे रिपोर्टर स्वरणजीत सिंह ने पहुंच के की कवरेज, सो आओ देखते हाँ एक रिपोर्ट। ਅੱਜ ਪ੍ਰਧਾਨ ਜੀ ਅੱਜ ਇਹ ਰੱਖਿਆ ਤੁਸੀਂ ਨੀਂਹ ਪੱਥਰ ਰੱਖਿਆ ਕਿ ਦੱਸ ਰਹੇ? ਇਹ ਤਕਰੀਬਨ 4 ਕਰੋੜ ਦੇ ਕੰਮ ਅੱਜ ਸਾਡੇ ਸ਼ਹਿਰ ਦੇ ਵਿੱਚ ਸ਼ੁਰੂ ਕੀਤੇ ਨੇ। ਖਾਸ ਕਰਕੇ ਜਿੱਥੇ ਆਪਾਂ ਖੜ੍ਹੇ ਹਾਂ, ਇਹ ਡੇਲੋ ਰੋਡ ਹੈ ਸਾਡੀ। ਇੱਥੇ ਕਦੇ ਵੀ ਲਾਈਟ ਦਾ ਕੋਈ ਪ੍ਰਬੰਧ ਨਹੀਂ ਸੀਗਾ, ਸਟਰੀਟ ਲਾਈਟ ਦਾ। ਸੋ ਇਹ ਜਿੰਨਾ ਵੀ ਸਾਡੇ ਸ਼ਹਿਰ ਦੇ ਵਿੱਚ ਦੀ ਡੇਲੋ ਰੋਡ ਅਤੇ ਕੁਹਾੜਾ ਰੋਡ ਚੱਲਦੀ ਹੈ, ਇਹਦੇ 'ਤੇ ਪ੍ਰੋਪਰ ਇੱਕ ਤਾਂ ਅਸੀਂ LED ਲਾਈਟਾਂ ਦੇ ਨਾਲ ਨਵੀਆਂ ਲਾ ਰਹੇ ਹਾਂ, ਔਰ ਇਸ ਦੇ ਨਾਲ ਹੀ ਸ਼ਹਿਰ ਦੀਆਂ ਜਿੰਨੀਆਂ ਵੀ ਸਾਡੇ ਮੇਜਰ ਸੜਕਾਂ ਨੇ, ਸਾਰੀਆਂ ਮੇਜਰ ਸੜਕਾਂ ਦੇ ਉੱਤੇ ਹੁਣ LED ਲਾਈਟਾਂ ਤਕਰੀਬਨ 10-12-15 ਦਿਨਾਂ ਦੇ ਵਿੱਚ ਚੱਲਣਗੀਆਂ। ਉਸ ਤੋਂ ਬਿਨਾਂ ਇਹ ਸੜਕ ਜਿਹੜੀ ਹੈਗੀ ਹੈ ਬੜੀ ਟ੍ਰੈਫਿਕ ਵਾਲੀ ਸੜਕ ਆ। ਹੁਣ ਵੀ ਤੁਸੀਂ ਦੇਖ ਸਕਦੇ ਹੋ ਵੀ ਬੜੀ ਇੱਥੇ ਬਹੁਤ ਹੀ ਜ਼ਿਆਦਾ ਟ੍ਰੈਫਿਕ ਚੱਲਦੀ ਆ। ਉਹਦੇ ਮੱਦੇਨਜ਼ਰ ਅਸੀਂ ਇਸ ਸੜਕ ਨੂੰ ਤਕਰੀਬਨ ਦੋਨੋਂ ਪਾਸੇ 7-7 ਫੁੱਟ ਪੇਵਰ ਟਾਈਲਾਂ ਲਾ ਕੇ ਇਹਨੂੰ ਹੋਰ ਚੌੜੀ ਕਰ ਰਹੇ ਹਾਂ, ਤਾਂ ਕਿ ਇੱਥੇ ਐਕਸੀਡੈਂਟ ਵੀ ਹੋ ਜਾਂਦੇ ਨੇ, ਲੋਕ ਗਿਰ ਜਾਂਦੇ ਨੇ। ਬਈ ਇੱਕ ਤਾਂ ਇਹ ਚੌੜੀ ਹੋ ਜੂਗੀ, ਟ੍ਰੈਫਿਕ ਦੀ ਸਮੱਸਿਆ ਕੋਈ ਹੱਲ ਹੋਊਗੀ, ਔਰ ਦੂਸਰਾ ਇਸੇ ਤਰ੍ਹਾਂ ਹੀ ਅਸੀਂ ਜਿਹੜੀ ਅੱਗੇ ਕੁਹਾੜਾ ਰੋਡ ਆ ਉਹਦੇ 'ਤੇ ਵੀ ਇੱਦਾਂ ਹੀ ਪੇਵਰ ਲਵਾ ਰਹੇ ਹਾਂ, ਔਰ ਜਿਹੜੀਆਂ ਮੇਜਰ ਸੜਕਾਂ ਨੇ ਸਾਡੀਆਂ ਸ਼ਹਿਰ ਦੀਆਂ ਉਹਨਾਂ ਦੇ ਵਿੱਚ ਵੀ ਅਸੀਂ ਸਾਰੀਆਂ ਸੜਕਾਂ ਨੂੰ ਤਕਰੀਬਨ ਪੱਕੀਆਂ ਕਰ ਰਹੇ ਹਾਂ। ਜਿਹੜੇ ਤੁਸੀਂ ਕਹਿ ਰਹੇ ਹੋ ਟੈਲਾਂ ਲਵਾ ਰਹੇ ਹੋ, ਇਹ ਤੁਸੀਂ ਕਿੱਥੇ ਇੱਥੇ ਕਮੇਟੀ ਦੇ ਏਰੀਏ ਦੇ ਵਿੱਚ ਚਲਾ ਰਹੇ ਹੋ? ਇਹ ਬਿਲਕੁਲ ਕਮੇਟੀ ਦੇ ਏਰੀਏ 'ਚ ਲੱਗਣਗੀਆਂ। ਇਸ ਤੋਂ ਬਿਨਾਂ ਸਾਡੀ ਪੁਰਾਣੀ ਦਾਣਾ ਮੰਡੀ ਹੈ, ਪੁਰਾਣੀ ਦਾਣਾ ਮੰਡੀ ਦੇ ਵਿੱਚ ਬਹੁਤ ਖਸਤਾ ਹਾਲਤ ਸੀ ਸੜਕਾਂ ਦੀ, ਕਦੇ ਉਹਦੇ ਰਿਪੇਅਰ ਹੋਈ ਵੀ ਨਹੀਂ ਸੀ। ਉਹ ਵੀ ਅਸੀਂ ਤਕਰੀਬਨ 50 ਲੱਖ ਦੀ ਲਾਗਤ ਨਾਲ ਉਹ ਵੀ ਸਾਰੀਆਂ ਨਵੀਆਂ ਉੱਥੇ ਸੜਕਾਂ ਬਣਾ ਰਹੇ ਹਾਂ। ਇਹਦੇ ਲਈ ਮੈਂ ਪੰਜਾਬ ਸਰਕਾਰ ਦਾ, ਆਪਣੇ ਸਾਰੇ ਸਾਥੀਆਂ ਵੱਲੋਂ, ਸਾਰੇ ਕੌਂਸਲਰ ਸਾਹਿਬਾਨ ਵੱਲੋਂ, ਔਰ ਸਾਡੇ ਸ਼ਹਿਰ ਦੇ ਨਿਵਾਸੀਆਂ ਵੱਲੋਂ, CM ਪੰਜਾਬ, ਸਾਡੇ ਲੋਕਲ ਗਵਰਨਮੈਂਟ ਮਿਨਿਸਟਰ ਬ੍ਰਹਮਿੰਦਰਾ ਜੀ, ਔਰ ਸਾਡੇ ਮੈਂਬਰ ਪਾਰਲੀਮੈਂਟ ਸਰ ਡਾਕਟਰ ਅਮਰ ਸਿੰਘ, ਪੰਜਾਬ ਸਰਕਾਰ ਦਾ ਮੈਂ ਬਹੁਤ ਧੰਨਵਾਦ ਕਰਦਾ। ਇੱਥੇ ਮੇਰੇ ਨਾਲ ਸਾਡੇ SHO ਵੀ ਨੇ ਸਾਨੇਵਾਲ ਦੇ, ਸਾਹਿਬ ਬਲਦੇਵ ਸਿੰਘ, ਉਹ ਵੀ ਇੱਕ ਅਸੀਂ ਇੱਥੇ ਅੱਜ ਪਬਲਿਕ ਨਾਲ ਬੈਠ ਕੇ ਜਿਹੜੀ ਇਹ ਟ੍ਰੈਫਿਕ ਦੀ ਸਮੱਸਿਆ, ਸਾਡੇ ਚੌਂਕ ਦੀ ਬਹੁਤ ਵੱਡੀ ਸਮੱਸਿਆ ਵੀ ਹੈਵੀ ਟ੍ਰੈਫਿਕ ਨੂੰ ਕਿਵੇਂ ਕੰਟਰੋਲ ਕਰਨਾ, ਉਹ ਵੀ ਅੱਜ ਅਸੀਂ ਇੱਥੇ ਸਾਰੇ ਬਾਜ਼ਾਰ ਨਾਲ ਬੈਠ ਕੇ ਡਿਸਕਸ ਕੀਤੀ ਆ, ਉਹ ਵੀ ਅਸੀਂ ਬੜੀ ਛੇਤੀ ਹੱਲ ਕਰ ਰਹੇ। ਇੱਕ ਤੁਸੀਂ 6 ਮਹੀਨੇ ਪਹਿਲਾਂ ਗੇਟ ਦੀ ਰਿਪੇਅਰ ਕਰਾਈ ਸੀ ਆਪਣੇ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਗੇਟ ਆ, ਉਹ ਵੱਡੇ ਹੈਵੀ ਵਹੀਕਲ ਨਿਕਲਣ ਨਾਲ ਫਿਰ ਟੁੱਟ ਗਿਆ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ, ਬੜੀ ਅਣਗਹਿਲੀ ਵਾਲੀ ਗੱਲ ਆ, ਜਿਹਨੇ ਵੀ ਕਿਸੇ ਨੇ ਤੋੜਿਆ, ਪਰ ਅਸੀਂ ਕੱਲ੍ਹ ਤੋਂ ਉਹਦੀ ਦੁਬਾਰਾ ਰਿਪੇਅਰ ਕਰਾ ਰਹੇ ਹਾਂ, ਕਿਉਂਕਿ ਸਾਡੇ ਸ਼ਹਿਰ ਦਾ ਇੱਕ ਪ੍ਰਤੀਕ ਆ। ਔਰ ਇਸੇ ਜਿਵੇਂ ਕਿ ਹੁਣੇ ਮੈਂ ਜ਼ਿਕਰ ਕੀਤਾ SHO ਸਾਹਿਬ ਵੀ ਇੱਥੇ ਨੇ, ਵੀ ਇੱਥੇ ਅਸੀਂ ਹੁਣ ਬਕਾਇਦਾ ਖੰਭੇ ਲਾਵਾਂਗੇ, ਇੱਕ ਪਿੱਲਰ ਲਾਵਾਂਗੇ, ਤਾਂ ਕਿ ਹੈਵੀ ਟ੍ਰੈਫਿਕ ਇੱਧਰੋਂ ਲੰਘ ਹੀ ਨਾ ਸਕੇ, ਤਾਂ ਕਿ ਇਹ ਜਿਹੜਾ ਸਾਡੇ ਇੱਕ ਸ਼ਹਿਰ ਦਾ ਮੇਨ ਥੰਮ ਹੈ ਇਹਨੂੰ ਅਸੀਂ ਬਚਾ ਸਕੀਏ। ਆਪਣੇ ਜੋ ਪਹਿਲਾਂ ਰਿਪੇਅਰ ਕੀਤੀ ਹੈ ਗੇਟ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹ 'ਤੇ ਕਿੰਨਾ ਖਰਚਾ ਆਇਆ ਸੀਗਾ? ਉਹ ਤਕਰੀਬਨ 1-1.25 ਲੱਖ ਰੁਪਇਆ ਖਰਚਾ ਆਇਆ ਸੀਗਾ। ਉਹ 1-1.25 ਲੱਖ ਰੁਪਇਆ ਖੋਜ ਗਿਆ ਜੀ? ਨਹੀਂ, ਦੇਖੋ ਕੋਈ ਇੰਨਾ ਜ਼ਿਆਦਾ ਨੁਕਸਾਨ ਨਹੀਂ ਹੋਇਆ, ਜਿਹੜਾ ਹੁਣ ਨੁਕਸਾਨ ਹੋਇਆ ਉਹ ਇੱਕ ਸਾਈਡ ਤੋਂ ਥੋੜ੍ਹਾ ਜਿਹਾ ਟੁੱਟਿਆ। ਉਹ ਹਾਂ ਨਹੀਂ, ਜਿੰਨਾ ਵੀ ਟੁੱਟਿਆ 2-3 ਦਿਨ ਦਾ ਕੰਮ ਹੈ, ਨਹੀਂ ਉਹਨਾਂ ਨਹੀਂ ਹੈਗਾ, ਪਹਿਲਾਂ ਬਹੁਤ ਮੇਜਰ ਕੰਮ ਸੀਗਾ, ਇਹ ਥੋੜ੍ਹਾ ਜਿਹਾ ਕੰਮ ਹੈ। ਨਾਲੇ ਇਹ ਪਹਿਲਾਂ ਕੋਈ ਅਸੀਂ ਕਮੇਟੀ ਦਾ ਜਾਂ ਸਰਕਾਰ ਦਾ ਪੈਸਾ ਨਹੀਂ ਸੀ ਲਾਇਆ। 4 ਕਰੋੜ ਦੀ ਗੱਲ ਕਰ ਰਹੇ ਹੋ, 4 ਕਰੋੜ ਦਾ ਵਿਕਾਸ ਕਰਾ ਰਹੇ ਹਾਂ ਸਾਨੇ ਉਹਦੇ ਵਿੱਚ, ਇਹਦੀ 4 ਕਰੋੜ ਦੀ ਗ੍ਰਾਂਟ ਅੱਗੇ ਜਾਣੀ ਹੈ? ਸਾਰੀ ਗ੍ਰਾਂਟ ਆ ਚੁੱਕੀ ਆ, ਅੱਜ ਤੋਂ ਹੀ ਕੰਮ ਸ਼ੁਰੂ ਹੋ ਰਹੇ ਨੇ, ਔਰ ਤਕਰੀਬਨ ਅਗਲੇ 15 ਜਾਂ 20 ਦਿਨਾਂ ਦੇ ਵਿੱਚ ਅਸੀਂ ਇਹ ਸਾਰੇ ਕੰਮ ਨੇਪਰੇ ਚਾੜ ਦੇਣੇ ਨੇ। ਇਸ ਤੋਂ ਬਿਨਾਂ ਇੱਕ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ, ਆਪਣੇ ਸਾਥੀਆਂ ਵੱਲੋਂ ਇੱਕ ਹੋਰ ਖੁਸ਼ਖਬਰੀ ਇਹ ਦੇਣੀ ਚਾਹੁੰਦਾ ਵੀ ਇੱਕ 4.5 ਏਕੜ ਦੇ ਵਿੱਚ ਜਿਹੜਾ ਅਸੀਂ ਇੱਕ ਪਾਰਕ ਸ਼ੁਰੂ ਕਰਾਇਆ ਸੀ ਅੱਜ ਤੋਂ ਤਕਰੀਬਨ 4 ਮਹੀਨੇ ਪਹਿਲਾਂ, 5 ਮਹੀਨੇ ਪਹਿਲਾਂ, ਉਹ ਵੀ ਤਕਰੀਬਨ 15 ਦਿਨਾਂ ਦੇ ਵਿੱਚ ਸਾਡਾ ਪਾਰਕ ਤਿਆਰ ਹੋ ਜਾਣਾ, ਉਹ ਵੀ ਪਬਲਿਕ ਦੀ ਇੱਕ ਸਿਹਤ ਦੇ ਲਈ, ਸਹੂਲਤ ਦੇ ਲਈ, ਉਹ ਵੀ ਅਸੀਂ ਪਬਲਿਕ ਨੂੰ ਅਰਪਿਤ ਕਰ ਦਾਂਗੇ। ਟ੍ਰੈਫਿਕ ਦੀ ਗੱਲ ਕੀਤੀ ਹੈ, ਚੌਂਕ ਦੇ ਵਿੱਚ ਰੇੜੀਆਂ ਖੜਦੀਆਂ ਨੇ ਆਮ ਤੌਰ 'ਤੇ, ਸ਼ਾਮ ਨੂੰ ਟ੍ਰੈਫਿਕ ਇੰਨੀ ਜ਼ਿਆਦਾ ਹੁੰਦੀ ਹੈ ਕਿ ਇੱਕ ਦੂਜੇ ਦੇ ਵਿੱਚ ਐਕਸੀਡੈਂਟ ਨਾ ਹੁੰਦਾ ਡਰ ਹੁੰਦਾ? ਬਿਲਕੁਲ, ਉਹ ਜਿਹੜੀ ਟ੍ਰੈਫਿਕ ਨੂੰ ਜੋ ਵੀ ਕੋਈ ਸਮੱਸਿਆ ਆ ਰਹੀ ਹੈ ਕਿਸੇ ਵੀ ਕਿਸਮ ਦੀ, ਚਾਹੇ ਉਹ ਰੇੜੀਆਂ ਨਾਲ ਹੈ, ਚਾਹੇ ਉਹ ਹੈਵੀ ਟ੍ਰੈਫਿਕ ਨਾਲ ਆ, ਉਹਦਾ ਬੜੇ ਅਸੀਂ ਸਖਤੀ ਦੇ ਨਾਲ ਉਹਦਾ ਇੱਕ ਲਵਾਂਗੇ, ਤਾਂ ਕਿ ਇਹ ਸਾਡੀ ਸਮੱਸਿਆ ਜਿਹੜੀ ਹਰ ਇੱਕ ਦੀ ਸਮੱਸਿਆ ਇਹ ਦੂਰ ਹੋ ਸਕੇ।
देखो एक ना कहते होंगे ने भी अपनी हर एक बंदे की एक आप समाज जीने एक समाजिक अपन जिमें कह लो भी अपन ड्यूटीज होंगे ने हूँ जो पब्लिक की आप गल करते हैं तो पब्लिक की भी एक समाजिक ड्यूटी है चाहे मैं हाँ जो साडे कौंसलर साहबान ने जे इतने एस एच ओ ने जे पुलिस कर्मचारी ने यह नहीं गा भी असं हर टाइम डंडा लैके फिरी जाइए ये कुछ साड़ी पब्लिक नूं भी चाहिए जिवें तुसीं हुण ही कहा भी सड़कों पर कारां खड़ियां करके चले जाते हैं उन्होंने खुद चाहिए भी इन्ना को विचार कर भी बाकी लोगों ने भी लंघना एक आप देखे जी तुम नजायज़ कब्जे दुकाना मूहे गल करते हटाने की वह एक मुहिम चलती है 10 to 15 दिन वो तो बाद फिर उही हाल हो जाता नहीं जी अज इतने असी एक पब्लिक ना मीटिंग की इस ही इलाके की पब्लिक ना मीटिंग इस करके की भी उन्होंने एक तरह की गाइड करन की गल है एक प्यार ना असी गाइड कर सकते हैं भी ये गलत है जेकर कोई 5 फुट तो बाहर अपना कोई छप्पड़ पाँदा या समान रखता वो समाजिक बुराई आ नहीं रखना चाहिए जेकर देखो नहीं मनणगे फिर असी दूसरे ढंग ना हटावे जे नहीं मानते हो केरा तुसीं शुरू करके उस तो बाद कार्रवाई हो बिल्कुल देखो कानूनी कार्रवाई नोटिस जारी होंदा नोटिस जारी होने तो बाद समान चक्या जाता वो पर मेरा ख्याल है साडे शहर के जो दुकानदार ने या व्यापारी ने बहुत सियाने ने तो यह जी नौबत आउंदी नहीं इत्थे साडे नगर कौंसल के प्रधान जी सरदार सुरजीत सिंह जी हरा जी आए ने साडे कोले साडी काफ़ी टाइम तो मंग सी भी साडे रोड के दोनों साइडां ते इंटरलॉकिंग टैलां लगन ते लाइटां की समस्या सीगी उन्हें लाइटां का भी प्रबंध किया जिहड़ा कि हफ्ते 10 दिन के बिच सारा कुछ लग जाएगा टैलां भी लग जाएगियां लाइटां भी लग जाएगियां ते सानू इस चीज़ की बहुत खुशी है कि साडे साने वाले दे विच बहुत वधिया काम कराया जा रहा है वा असी सरदार सुखजीत सिंह जी हरा जी के धन्यवादी हाँ तो एक साडे साने वाले दे विच ट्रैफिक की बहुत समस्या भी जिहदे वास्ते असी प्रधान जी नूं जाणू करवाया भी धरोणा धरोणा वाली पुली ते ज्यादा गाटर लगाए जाण भी बड़े जिहड़े व्हीकल हैगे ने वो एंटर ना हो सकन भी जिथे ट्राले आउंदे ने उन्हां दा जाम लग जाता बहुत ज़्यादा तो सानू इन्हां ने उहदे वास्ते भी विश्वास दवाया भी उहदे वास्ते भी ये कुछ ना कुछ प्रबंध करनगे ते असीं इन्हां दा बहुत धन्यवादी हां।